ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਘਰੋਂ ਆਪਾਂ ਨਿਕਲੇ ਸੀ ਅਤੇ ਅੱਜ ਆਪਾਂ ਚੱਲੇ ਹਾਂ ਪ੍ਰੀਤ ਟਰੈਕਟਰ ਲੈਣ ਏਜੰਸੀ 'ਚ ਅਤੇ ਇਹ ਬੁੱਕ ਕਰਾਇਆ ਹੋਇਆ ਸੀਗਾ ਕਾਫੀ ਦਿਨਾਂ ਦਾ ਅਤੇ ਅੱਜ ਉਹ ਆ ਗਿਆ ਅਤੇ ਚਲੋ ਚੱਲਦੇ ਹਾਂ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਲੈਂਦੇ ਹਾਂ ਅੱਜ ਆਪਾਂ ਪ੍ਰੀਤ ਟਰੈਕਟਰ ਦੀ ਡਿਲੀਵਰੀ ਅਤੇ ਦੇਖਦੇ ਕੀ ਬਣਦਾ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਕਿਹੜਾ ਲਿਆ ਕਿਹੜੇ ਰੰਗ ਦਾ ਲਿਆ ਕੀ ਕੀਤਾ ਹੁਸ਼ਿਆਰਪੁਰ ਆਪਾਂ ਪਹੁੰਚ ਗਏ ਹਾਂ ਅਤੇ ਬਸ ਇੱਥੋਂ ਥੋੜ੍ਹੀ ਬਾਟ ਹੀ ਰਹਿ ਗਈ ਆ ਕਿਲੋਮੀਟਰ ਅਤੇ ਆਪਾਂ ਪਹੁੰਚ ਜਾਣਾ ਪ੍ਰੀਤ ਵਾਲਿਆਂ ਦੀ ਏਜੰਸੀ ਅਤੇ ਡੱਬਾ ਆਪਾਂ ਲੈ ਲਿਆ ਸੀਗਾ ਪਹਿਲਾਂ ਹੀ ਚੱਬੇਵਾਲ ਤੋਂ ਹੀ ਅਤੇ ਚਲੋ ਚੱਲਦੇ ਹਾਂ ਫਿਰ ਹੁਣ ਉੱਥੇ ਨੂੰ ਏਜੰਸੀ ਦੇ ਅਸੀਂ ਬਿਲਕੁਲ ਹੁਣ ਮੂਹਰੇ ਪਹੁੰਚ ਗਏ ਹਾਂ ਮੱਛੀ ਬਾਜ਼ਾਰ ਜਿਹਾ ਚੱਲਦਾ ਇੱਥੇ ਉਹਦਾ ਉਹ ਬਾਜ਼ਾਰ ਜਿਹਾ ਟੱਪ ਕੇ ਨਾਲ ਹੀ ਆ ਏਜੰਸੀ ਅੰਦਰ ਨੂੰ ਵੜ ਕੇ ਇੱਥੇ ਸਾਰੀਆਂ ਏਜੰਸੀਆਂ ਇਕੱਠੀਆਂ ਹੀ ਆ ਮੈਕਸ ਜਿਹੀਆਂ ਆ ਵਿੱਚੇ ਸੋਨਾ ਲਿੱਕਾ ਵਿੱਚੇ ਹੀ ਇੱਥੇ ਇੱਕ ਬੂਟਾ ਵਿੱਚੇ ਸਾਰੇ ਇੱਥੇ ਹੀ ਆ ਇੱਕ ਦੋ ਏਜੰਸੀਆਂ ਜਿਹੜੀਆਂ ਪਰੇ ਆ ਉਹ ਖੜਾ ਕੀਤਾ ਜੀ ਹਾਰ ਪਾ ਕੇ ਸਵੇਰ ਦਾ ਹੀ ਅਗਲਿਆਂ ਨੇ ਬਾਕੀ ਤਾਂ ਏਜੰਸੀ ਹੈਗੀ ਆ ਬੰਦੇ ਹੀ ਆ ਸਾਡੇ ਵਾਲੇ ਤਾਂ ਪਾਇਆ ਸਵੇਰ ਦਾ ਹੀ ਹਾਰ ਬਾਕੀ ਤੁਹਾਨੂੰ ਦਿਖਾਉਣਾ ਉਹ ਖੜਾ ਆ ਲੈ ਵੀ ਆਹ ਖੜਾ ਆ ਬਾਕੀ ਦੇਖਦੇ ਹਾਂ ਏਜੰਸੀ ਵਾਲੇ ਲੈ ਕੇ ਲਿਆ ਕੇ ਸਵੇਰ ਦਾ ਹਾਰ ਹੂਰ ਪਾ ਕੇ ਐਨ ਟੋਪ ਦਾ ਕਰਕੇ ਖੜਾ ਕੀਤਾ ਆ ਕੱਢ ਕੇ ਬਾਹਰ ਅਤੇ ਚੱਲੇ ਹਾਂ ਤੇਲ ਅਤੇ ਟੈਂਕੀ ਭਰਾਉਣ ਅਤੇ ਆਹ ਡਰਾਈਵਰ ਨਵਾਂ ਜਿਹੜਾ ਇਹ ਕਹਿੰਦਾ ਵੀ ਮੈਂ ਹੀ ਚਲਾਉਣਾ ਟਰੈਕਟਰ ਜੋ ਮਰਜ਼ੀ ਹੋਵੇ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਮੈਨੂੰ ਸ਼ਹਿਰ 'ਚ ਫੜ ਲੈਣ ਅਤੇ ਗਾਂਹ ਚਲਾਈ ਜਾਈ ਨਹੀਂ 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 ਚਾਹ ਹੀ ਉਹ ਤਾਂ ਕਹਿੰਦਾ ਮੈਂ ਹੀ ਚਲਾਉਣਾ ਮੈਂ ਜਾਂਦੀ ਚਲਾ ਲਾ ਅਸੀਂ ਤਾਂ ਇੱਕ ਨਵਾਂ ਪਹਿਲਾਂ ਕੱਢ ਲਿਆਏ ਹਾਂ ਅਤੇ ਤੂੰ ਦੇਖ ਲਾ ਚਲਾ ਕੇ ਟੈਂਕੀ ਫੁੱਲ ਟੈਂਕੀ ਫੁੱਲ ਕਰਨੀ ਭਾਜੀ ਇਹਦੀ ਟੈਂਕੀ ਕਾਹਦੀ ਟੈਂਕੀ ਆ ਇਹਦਾ ਬਾਕੀ ਇਹ ਨਾਲ 10 ਲੀਟਰ ਵੱਡੀ ਆ ਟੈਂਕੀ ਜੀਰੋ ਆ ਜੀ ਬਾਪੇ ਤੇ ਡੀਜ਼ਲ ਬਣ ਇਹਦੇ ਚ ਪੈਂਦਾ ਕਿੰਨੇ ਦਾ ਉੱਦਾਂ ਤਾਂ ਇਹਦੀ 67 ਲੀਟਰ ਦੀ ਟੈਂਕੀ ਆ ਲੈ ਬਈ 5400 ਤੇ ਹਜੇ ਮਾੜਾ ਜਿਹਾ ਘੱਟ ਹੀ ਵੱਜਿਆ ਹਜੇ ਤੇਲ ਹੋਰ ਪੈਣਾ ਇਹਦੇ 'ਚ ਆ ਜਾਓ ਮਹਾਰਾਜ ਲੈ ਬਈ 67 ਲੀਟਰ ਦੀ ਟੈਂਕੀ ਆ ਪਰ ਏਜੰਸੀ ਵਾਲਿਆਂ ਨੇ ਵਿੱਚ ਤੇਲ ਐਵੇਂ 2 ਲੀਟਰ ਹੀ ਦਿੱਤਾ ਕਿਤੇ 64 ਲੀਟਰ ਪੈ ਗਿਆ ਹੁਣ ਆਈ ਆ ਉੱਪਰ ਆ ਕਰਦੇ ਭਾਅ ਜੀ ਪੂਰਾ ਅਤੇ ਆਹ ਹੀ ਹੋਣਾ ਮੈਂ ਕਹਿੰਦਾ ਬਸ ਬਸ ਥੋੜ੍ਹਾ ਜਿਹਾ ਗੈਪ ਕਰਿਆ ਨਾ ਫੁੱਲ ਹੋ ਗਈ ਟੈਂਕੀ 63.81 ਲੀਟਰ ਤੇਲ ਪੈ ਗਿਆ ਕਿੰਨੇ ਦਾ ਪੈ ਗਿਆ 5650 ਰੁਪਏ ਦਾ ਪੈ ਗਿਆ ਤੇਲ 5650 ਹਲੇ ਪਾਣੀ ਦੀ ਬੋਤਲ ਸਾਨੂੰ ਪੰਪ ਵਾਲਿਆਂ ਨੇ ਦਿੱਤੀ ਫ੍ਰੀ ਨਜ਼ਾਰੇ ਆ ਗਏ ਹੁਣ ਪੀਂਦੇ ਆਵਾਂਗੇ ਹੈਗਾ ਸਾਡੀ 25 ਕਿਲੋਮੀਟਰ ਜਾਣਾ ਅਸੀਂ ਨਜ਼ਾਰੇ ਨੇ ਜਾਵਾਂਗੇ ਪੀਂਦੇ ਲੈ ਵੀ ਟਰੈਕਟਰ ਲੈ ਕੇ ਆਪਾਂ ਪਹੁੰਚ ਗਿਆ ਘਰੇ ਘਰਦੇ ਖੜ੍ਹੇ ਆ ਪਹਿਲੇ ਤੇਲ ਜੋ ਹੋ ਗਿਆ ਹੁਣ ਪੈਸੇ ਜਿਹੜੇ ਦੇਣੇ ਆ ਉਹ ਪ੍ਰੀਤ ਨੇ ਦੇਣੇ ਆ ਕਿਉਂਕਿ ਡਰਾਈਵਰ ਤਾਂ ਇਹੀ ਆ ਪੈਸੇ ਦੇ ਹੁਣ ਉਹਨਾਂ ਨੂੰ ਚੱਲ ਹਾਂ ਰੱਖ ਲੈ ਹੁਣ ਪੈਸੇ ਦੇ ਤੇ ਲੈ ਲਈ ਪੈਸੇ ਦੇ ਅੰਦਰ ਫੜੂਗਾ ਹੋਰ ਅਗੇ ਤੇ ਗੜਾ ਕਰ ਪਹਿਲਾਂ ਪੈਸੇ ਦੇ
ਪੈਸੇ ਦੇ ਪੈਸੇ ਡਰਾਈਵਰ ਟਰੈਕਟਰ ਲੈ ਗਿਆ ਪੈਸੇ ਲੈ ਕੇ ਆ ਹੈ ਟਰੈਕਟਰ ਅੰਦਰ ਵੜ ਜਾਂਦਾ ਖਾਲੀ ਪਿਆ ਕੋਈ ਨਹੀਂ ਚੱਲ ਵੇ ਬਾਹਰ ਅੰਦਰ ਅਭੀ ਆ ਗਿਆ ਘਰੇ ਟਰੈਕਟਰ ਵੀ ਉੱਥੇ ਤਾਂ ਚੈੱਕ ਕਰਨ ਦਾ ਮਜ਼ਾ ਨਹੀਂ ਆਇਆ ਇੱਥੇ ਆਪਾਂ ਚੈੱਕ ਕਰਦੇ ਹਾਂ ਕਦੇ ਅੱਗੇ ਨੂੰ ਕਰਕੇ ਕਦੇ ਪਿੱਛੇ ਨੂੰ ਕਰਕੇ ਆ ਡਰਾਈਵਰ ਉੱਥੇ ਬਣ ਗਿਆ ਸ਼ਗਨ ਦੇਣ ਨੂੰ ਪੈਸੇ ਆ ਨਹੀਂ ਸੀ ਮੈਂ ਜਾ ਕੇ ਸ਼ਗਨ ਦਿੱਤਾ ਉੱਥੇ ਡਰਾਈਵਰ ਬਣ ਗਿਆ ਇਹ ਹੁਣ ਤਾਂ ਹਫ਼ਤਾ ਕੁ ਚਾਹ ਨਹੀਂ ਲੱਥਣਾ ਸਾਡਾ ਹੁਣ ਤਾਂ ਮੈਂ ਕਿਹਾ ਹਫ਼ਤਾ ਕੁ ਸਾਡਾ ਚਾਹ ਨਹੀਂ ਲੱਥਣਾ ਆਹ ਉੱਦਾਂ ਹੀ ਕਿਹੜੇ ਗਾਟੇ ਗਾਟੇ ਸਦਾਈ ਹੋ ਜਾਣਾ ਦੋ ਦਿਨ ਅਟਕੇ ਇਹਨਾਂ ਨੂੰ ਕਿਹੜਾ ਚਲਾਈ ਦੋ ਘੰਟੇ ਇਹਨਾਂ ਤਾਂ ਚੱਲਣਾ ਨਹੀਂ ਇਹ ਸ਼ਾਮ ਦਾ ਟਾਈਮ ਹੋ ਗਿਆ 4 ਕੁ ਵੱਜ ਗਏ ਆ ਅਤੇ ਮਾੜਾ ਜਿਹਾ ਠੰਡਾ ਹੋ ਗਿਆ ਅਤੇ ਅਸੀਂ ਕਿਹਾ ਚੱਲ ਇਹਦੇ ਮਗਰ ਹੁਣ ਟਿੱਲਰ ਟੁੱਲਰ ਪਾ ਕੇ ਦੇ ਦਿਆਂ ਗੇੜੀ ਗੂੜੀ ਲਾ ਕੇ ਦੇ ਦਿਆਂ ਕੀ ਕਰਦਾ